ਕਿਸਾਨ ਦੋਸਤੋ ਇਸ ਸਾਲ ਆਪਾਂ ਜਿਹੜਾ 3 ਝੋਨੇ ਦੇ ਵਿੱਚ ਤੇਲਾ ਪੈਂਦਾ ਹੈ ਹਨਾ ਜੀ ਦਾ ਤਕਨੀਕੀ ਨਾਮ ਚਿੱਟੀ ਪੇਠ ਵਾਲਾ ਟਿੱਡਾ ਤੇ ਪੂਰਾ ਟਿੱਡਾ ਜੈਨੂ ਰਾਈਸ ਪਲਾਂਟ ਹੋਪਰ ਕਹਿੰਦੇ ਐ ਜੈਨੂ ਫੁਦਕਾ ਕਹਿੰਦੇ ਐ ਝੋਨੇ ਦਾ ਫੁਦਕਾ ਪਰੰਤੂ ਆਪਾਂ ਜਟਕੀ ਭਾਸ਼ਾ 'ਚ ਇਹਨੂੰ ਤੇਲਾ ਹੀ ਕਹਿੰਦੇ ਆ ਠੀਕ ਹੈ ਇਹਦਾ ਖਤਰਾ ਥੋੜਾ ਜਿਆਦਾ ਹੈ ਨਵੇਂ ਖੇਤਾਂ ਦੇ ਵਿੱਚ ਇਹ ਸ਼ੁਰੂ ਦੇ ਵਿੱਚ ਹੀ ਆ ਗਿਆ ਤੇ ਵੱਡੀ ਗੱਲ ਇਹ ਹੈਗੀ ਕਿ ਇਹਦੀ ਅਸੀਂ ਸਾਵਧਾਨੀ ਤਾਂ ਵੀ ਵਰਤਣੀ ਹੈ ਕਿਉਂਕਿ ਐਕਤਰੀਨਾਂ ਝੋਨੇ ਦੇ ਵਿੱਚ ਮਧਰੇ ਬੁੱਟੇ ਦੀ ਸਮੱਸਿਆ ਆਈ ਹੈ ਜਿਹੜਾ ਆ ਜਿਹੜਾ ਥੱਲੇ ਆ ਫਿਰਦਾ ਦੇਖੋ ਕਿੰਨਾ ਫਿਰਦਾ ਹੈ ਨਾ ਇਹ ਚਿੱਟੇ ਰੰਗ ਦਾ ਤੇਲਾ ਜਿਹਨੂੰ ਅਸੀਂ ਚਿੱਟੀ ਪਿੱਠ ਵਾਲਾ ਟਿੱਡਾ ਕਹਿੰਦੇ ਆ ਹੈਗਾ ਤੇਲਾ ਹੀ ਹੈ ਜਿਹਨੂੰ ਤੁਸੀਂ ਤੇਲਾ ਕਹਿੰਦੇ ਹੋ ਇਹਦੇ ਨਾਲ ਫੈਲਣਾ ਹੈ ਤਾਂ ਅਗਲੀ ਵੀਡੀਓ 'ਚ ਮੈਂ ਗੱਲ ਕਰਾਂਗਾ ਕਿ ਕੰਟਰੋਲ ਕਿਵੇਂ ਕਰਨਾ ਤੇ ਕਦੋਂ ਕਰਨਾ ਹੈ ਪਰੰਤੂ ਆਹ ਜਿਹੜੀ ਵੀਡੀਓ ਹੈ ਇਹਦੇ 'ਚ ਮੈਂ ਕੁਝ ਉਹ ਗੱਲਾਂ ਕਰਾਂਗਾ ਕਿ ਵੀ ਕਿਹੜੀ ਕਿਹੜੇ ਤਰੀਕੇ ਦੇ ਨਾਲ ਇਹ ਤੇਲਾ ਜ਼ਿਆਦਾ ਵੱਧਦਾ ਹੈ ਮੋਟਾ-ਮੋਟਾ ਜ਼ਿਆਦਾ ਡੀਪਲੀ ਨਹੀਂ ਜਾਊਂਗਾ ਠੀਕ ਹੈ ਮੈਂ ਆ ਕੁਲਦੀਪ ਸਿੰਘ ਸ਼ੇਰਗਰ ਮਖਾਈ ਫਤਰੀ ਸਾਂਝ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਕਿਸਾਨ ਦੋਸਤੋ ਸਾਡੀਆਂ ਨਾ ਆਪਦੀਆਂ ਗਲਤੀਆਂ ਹੁੰਦੀਆਂ ਐ ਜੀਦੇ ਕਰਕੇ ਇਹ ਵੱਧਾ ਦੇਖੋ ਕਿੰਨਾ ਇਸ ਖੇਤ ਦੇ ਵਿੱਚ ਇਹ ਦੇਖ ਰਹੇ ਹੋ ਇਹ ਟੇਡਾ ਚੱਲਦਾ ਹੈ ਤਾਂ ਕਿਉਂ ਪਹਿਲਾ ਕੰਮ ਜਦੋਂ ਨਾ ਅਸੀਂ ਨਿਸਾਰੇ ਤੋਂ ਪਹਿਲਾਂ ਖੇਚ ਲਗਾ ਤਾਰ ਪਾਣੀ ਭਰ ਕੇ ਰੱਖਦੇ ਆਂ ਪਾਣੀ ਭਰਨ ਦੇ ਨਾਲ ਨਾ ਜਿਹੜਾ ਲੋਕਲ ਕਲਾਈਮੇਟ ਹੈ ਉਹਦੇ ਵਿੱਚ ਜਿਹੜਾ ਮਾਈਕਰੋ ਕਲਾਈਮੇਟ ਅਸੀਂ ਕਹਿੰਦੇ ਆਂ ਨਮੀ ਜਿਆਦਾ ਬਣ ਜਾਂਦੀ ਹੈ ਆ ਬਾਇਓਟਿਕ ਕੰਡੀਸ਼ਨ ਬਣ ਜਾਂਦੀ ਹੈ ਦੂਸਰੀ ਗੱਲ ਚੌਨੇ ਦਾ ਜਿਹੜਾ ਤਣਾ ਨਾ ਉਹ ਪੋਲਾ ਹੋ ਜਾਂਦਾ ਹੈ ਕਿਉਂਕਿ ਇਹਨੇ ਜਿਹੜੇ ਆਪਦੇ ਆਂਡੇ ਹੈ ਨਾ ਉਹ ਤਣੇ ਦੇ ਵਿੱਚ ਚਪੋ ਕੇ ਦੇਣੇ ਆ ਮੱਕੇ ਜਿਹੜੀ ਤਣੇ ਦੀ ਸ਼ੈਲ ਹੈ ਨਾ ਉਹਦੇ ਵਿੱਚ ਅੰਦਰ ਤਸਾ ਕੇ ਦੇਣੇ ਆ ਉਹਦੇ ਵਿੱਚ ਚਿਣਨੇ ਆ ਉੱਤੇ ਨਹੀਂ ਰੱਖਦਾ ਵਿੱਚ ਵੜੂਗਾ ਜੇ ਤਣਾ ਮਜ਼ਬੂਤ ਹੋਏਗਾ ਤੇ ਤੇਲੇ ਇਹ ਤੋਂ ਆਂਡੇ ਦਿੱਤੇ ਹੀ ਨਹੀਂ ਜਾਣੇ ਪਹਿਲਾ ਕਾਰਨ ਪਾਣੀ ਭਰ ਭਰ ਕੇ ਲਾਉਣਾ ਤਾਂ ਐਸ ਕਰਕੇ ਜਿਵੇਂ ਤੁਹਾਨੂੰ ਪਹਿਲਾਂ ਤੋਂ ਹੀ ਬੇਨਤੀ ਕਰਿਆ ਹੈ ਕਿ ਭਾਈ ਦੋਸਤੋ ਕਿਰਪਾ ਕਰੋ ਪਾਣੀ ਹਵਾ ਲਵਾ ਕੇ ਲਾਓ ਜਦੋਂ ਬੂਰ ਪੈਣ ਲੱਗ ਪਿਆ ਉਦੋਂ ਕੁਝ ਦਿਨ ਪਾਣੀ ਭਰ ਕੇ ਰੱਖਾਂਗੇ ਬਾਕੀ ਟਾਈਮ ਹਵਾ ਲਵਾ ਲਵਾ ਕੇ ਪਾਣੀ ਲਾਓ ਦੇਖੋ ਜਦੋਂ ਟੋੜੇ ਝੋਨੇ ਦੁੱਧਾ ਪੈਣ ਲੱਗਿਆ ਨਾ ਉਦੋਂ ਤੇਲ ਦੀ ਮਾਤਰਾ ਸਭ ਤੋਂ ਵੱਧ ਵਧਣੀ ਹੈ ਐਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਜਿਵੇਂ ਹੀ ਬੂਰ ਛੱਡ ਗਿਆ ਉਸ ਤੋਂ ਬਾਅਦ ਇਹ ਪਾਣੀ ਅਲਟਰਨੇਟ ਵੈਟਿੰਗ ਐਂਡ ਡ్రਾਈਂਗ ਮੈਥਡ ਨਹੀਂ ਦੇਣਾ। ਠੀਕ। ਦੇਖੋ ਅੰਤਰਰਾਸ਼ਟਰੀ ਝੋਨਾ ਖੋਜ ਕੇਂਦਰ ਦੇ ਅਨੁਸਾਰ ਜਦੋਂ ਤੁਸੀਂ ਸਿੰਥੈਟਿਕ ਪੈਰੇਥਰਾਇਡਸ ਟੈਕਿਨੋਲਫਾਸ ਸాల్ਟ ਖੇਤ ਦੇ ਵਿੱਚ ਸਪਰੇਅ ਕਰਦੇ ਹੋ ਤਾਂ ਉਹਦੇ ਨਾਲ ਜਿਹੜਾ ਤੇਲਾ ਹੈ ਜਿਹੜਾ ਟਿੱਡਾ ਹੈ ਇਹਦੀ ਸੰਖਿਆ ਤੇਜ਼ੀ ਨਾਲ ਵਧਦੀ ਹੈ ਇੱਕ ਪਹਿਲਾਂ ਤੇ ਦੇਖ ਲੋ ਕਿ ਕਿਹੜੇ ਕਿਹੜੇ ਐ ਜਿਵੇਂ ਤੁਹਾਡੀ ਬਾਈਫੈਂਥਰਿਨ ਡੈਲਟਾ ਮੈਥਰਿਨ ਸਾਈਪਰਮੈਥਰਿਨ ਲਿੰਬੜਾ ਸਾਈ ਹੈਲੋਥਰਿਨ ਫੈਨਵਲ ਰੇਟ ਠੀਕ ਐ ਇਹ ਫੈਲਵਲ ਫੈਨਵਲ ਰੇਟ ਪੈਮੇ 3 ਇਸ ਤਰ੍ਹਾਂ ਕਰਕੇ ਦਾ ਪੂਰਾ ਨਾਮ ਐ ਇਹ ਜਿਹੜੀਆਂ ਦਵਾਈਆਂ ਜਾਂ ਕਿਨੋਲ ਫਾਸ ਜੇਰਾ ਤੁਸੀਂ ਵਰਤਦੇ ਹੋ ਹੁਣ ਕਈ ਸਾਰੀਆਂ ਕੰਪਨੀਆਂ ਨੇ ਨਾ ਇਹਨਾਂ ਦਵਾਈਆਂ ਨੂੰ ਵਿੱਚ ਵਿੱਚ ਵਾਰਡ ਰੱਖਿਆ ਕਿਸੇ ਨੂੰ ਲਿੰਬੜਾ ਵਾਰਡ ਤਾਂ ਕਿਸੇ ਡੈਲਟਾ ਵਾਰਡ ਤਾਂ ਕਿਸੇ ਬਾਈਫੈਂਥਰਿਨ ਵਾਰਡ ਤਾਂ ਜਦੋਂ ਤੁਸੀਂ ਇਹਨਾਂ ਨੂੰ ਖੇਤ ਚ ਵਰਤਦੇ ਹੋ ਆ ਤੁਸੀਂ ਦੇਖਿਆ ਸੀ ਕਿੰਡਾ ਵੱਡਾ ਤੇਲਾ ਸੀਗਾ ਇੱਥੇ ਦੁਬਾਰਾ ਇੱਥੇ ਫੇਰ ਫੋਟੋ ਆਊਗੀ ਦੇਖੋ ਕਿੰਡਾ ਵੱਡਾ ਉਹ ਤਾਂ ਟਿੱਡਾ ਜਟਕੇ ਪਹਾੜ ਚ ਤੇਲਾ ਹੀ ਕਹੂੰਗਾ ਜੇ ਕੋਈ ਸਟੂਡੈਂਟ ਦੇਖ ਰਿਹਾ ਤਾਂ ਥੋੜਾ ਇਹਨੂੰ ਮਾਈਂਡ ਨਾ ਕਰੇ ਤਾਂ ਇਹਦੇ ਨਾਲ ਹੁੰਦਾ ਕੀ ਹੈ ਜਦੋਂ ਤੁਸੀਂ ਇਹ ਜ਼ਹਿਰ ਵਰਤੋਗੇ ਇੱਕ ਤਾਂ ਇਹਦੇ ਨਾਲ ਝੋਨਾ ਥੋੜਾ ਜਿਹਾ ਕੱਚਾ ਹੁੰਦਾ ਤਣਾ ਨਰਮ ਹੋ ਜਾਂਦਾ ਹੈ ਤੇ ਆਂਡੇ ਦੇਣੀਆਂ ਨੂੰ ਸੌਖੇ ਹੋ ਜਾਂਦੀ ਹੈ ਜਦੋਂ ਇਹ ਜ਼ਹਿਰ ਪੁੱਟ ਇਹਨਾਂ ਦੇ ਉੱਤੇ ਪੈਂਦਾ ਤੇਲਿਆਂ ਦੇ ਉੱਤੇ ਕੋਈ ਤਾਂ ਮਰ ਜਾਂਦੇ ਐ ਜਿਹੜੇ ਬਾਕੀ ਰਹਿ ਗਏ ਨਾ ਉਹਨਾਂ ਨੂੰ ਨਸ਼ਾ ਜਿਹਾ ਇਹੋ ਜਿਹਾ ਹੁੰਦਾ ਹੈ ਕਿ ਤੇਜ਼ੀ ਨਾਲ ਖਾਣਾ ਸ਼ੁਰੂ ਕਰਦੇ ਐ ਇੱਕ ਗੱਲ ਹੋਰ ਹੈ ਇਹ ਦੇਖਿਆ ਗਿਆ ਹੈ ਕਿ ਜਦੋਂ ਤੁਸੀਂ ਇਹ ਜ਼ਹਿਰ ਵਰਤਦੇ ਹੋ ਨਾ ਤਾਂ ਇਹ ਜਿਹੜੇ ਰਸਚੂਸਕ ਕੀੜੇ ਐ ਇਹਨਾਂ ਦੀ ਫੀਡਿੰਗ ਖਾਣਾ ਖਾਣ ਦੀ ਬੂਟੇ ਨੁਕਸਾਨ ਪਹੁੰਚਾਉਣ ਦੀ ਦਰ 33 ਤੋਂ ਲੈ ਕੇ 61% ਤੱਕ ਵੱਧ ਜਾਂਦੀ ਹੈ। ਅਗਲੀ ਗੱਲ ਜਦੋਂ ਤੁਸੀਂ ਇਹ ਜ਼ਹਿਰਾਂ ਵਰਤ ਲੀਆਂ ਤੇ ਤੁਹਾਡੀ ਬਾਇਓਲੋਜੀਕਲ ਲਾਈਫ ਪ੍ਰਭਾਵਿਤ ਹੁੰਦੀ ਹੈ। ਕਿਵੇਂ ਕਿ ਇੱਕ ਜਿਹੜਾ ਰਸਚੂਸਕ ਕੀੜਾ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਅੰਡਾ ਹੁੰਦਾ ਹੈ। ਾਂਡੇ ਚੋਂ ਨਵੇਂ ਪੰਜਾਬ ਬੱਚਾ ਨਿਕਲਦਾ ਹੈ ਬੱਚੇ ਤੋਂ ਬਾਅਦ ਅਡਲਟ ਹੁੰਦਾ ਹੈ ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਨਿਊਫ ਹੈ ਨਾ ਉਹ ਜਲਦੀ ਜਵਾਨ ਹੋ ਜਾਂਦਾ ਹੈ ਬਹੁਤ ਜਲਦੀ ਜਵਾਨ ਹੋ ਜਾਂਦਾ ਹੈ ਜੋ ਜਲਦੀ ਜਵਾਨ ਹੋ ਜਾਂਦਾ ਤਾਂ ਤੇਜ਼ੀ ਦੇ ਨਾਲ ਬੱਚੇ ਦਿੰਦਾ ਹੈ ਜਿੱਥੇ ਇੱਕ ਨਿਸ਼ਚਿਤ ਟਾਈਮ ਦੇ ਵਿੱਚ ਦੋ ਪੀੜੀਆਂ ਨੇ ਜਨਮ ਲੈਣਾ ਸੀ ਤਾਂ ਉਹਦੀ ਜਗ੍ਹਾ ਕਈ ਪੀੜੀਆਂ ਹੋ ਜਾਂਦੀਆਂ ਔਰ ਫਿਰ ਅਸੀਂ ਕਹਿੰਨੇ ਯਾਰ ਕੱਲ ਤਾਂ ਦੇਖਿਆ ਸੀ ਕੁਝ ਨਹੀਂ ਸੀਗਾ ਆਪਾਂ 5-7 ਦਿਨ ਪਾਸੇ ਗਿਆ ਤਾਂ ਤੇਲੇ ਜਿਹੜਾ ਤਾਂ ਹੜ ਹੀ ਆ ਗਿਆ ਖੇਤ ਦੇ ਵਿੱਚ ਕਾਹ ਤੋਂ ਆਇਆ ਕਿਉਂਕਿ ਅਸੀਂ ਸਿੰਥੈਟਿਕ ਪੈਰਾਥਰ 11 ਵਰਤਿਆਂ ਜਿਹੜੇ ਅਸੀਂ 50 ਤੋਂ 65 ਦਿਨ ਦੇ ਵਿਚਕਾਰ ਸਪ੍ਰੇਆਂ ਕਰਦੇ ਹਾਂ ਸਿੰਥੈਟਿਕ ਪੈਰਾਥਰਾਈਟਸ ਉਹਦੇ ਨਾਲ 80ਵੇਂ ਦਿਨ ਤੋਂ ਹੀ ਤੁਹਾਡੇ ਖੇਤ ਦੇ ਵਿੱਚ ਰਾਚੂਸ ਕਿੜਿਆਂ ਦਾ ਹਮਲਾ ਸ਼ੁਰੂ ਹੋ ਜਾਂਦਾ ਹੈ ਮਿੱਤਰ ਕੀੜੇ ਮਰ ਜਾਂਦੇ ਐ ਬੀਟਲ ਐ ਵੌਲਫ ਸਪਾਈਡਰ ਐ ਉਹ ਜਿਹੜੇ ਮਰ ਜਾਂਦੇ ਐ ਠੀਕ ਐ ਪਾਣੀ ਜਦੋਂ ਬਾਹਲਾ ਪਰਕੇ ਰੱਖਦੇ ਆਂ ਤਾਂ ਮਾਈਕਰੋ ਕਲਾਈਮੇਟ ਪ੍ਰਭਾਵਿਤ ਹੁੰਦਾ ਹੈ। ਬਾਲੀਆਂ ਗੰਦ ਪਹਿਲਾ ਆਪਾਂ ਜਦੋਂ ਖੇਤ ਚ ਪਾਉਨੇ ਬੂਟਾ ਮਾਰਨ ਵਾਲਾ ਜਾਂ ਝੋਨਾ ਬਾਹਲਾ ਸੰਘਣਾ ਲਾਇਆ ਹੁੰਦਾ ਹੈ ਜਾਂ ਝੋਨੇ ਦੀਆਂ ਗੁੱਟੀਆਂ ਪਈਆਂ ਹੁੰਦੀਆਂ ਜਿੱਥੇ ਬਾਹਲਾ ਤਾਜ਼ਾ ਲੱਗਿਆ ਹੋਵੇ ਝੋਨੇ 'ਚ ਹਵਾ ਨਾ ਵਗੇ ਹਨਾ ਨਾ ਹਵਾ ਨਾ ਲੰਘ ਸਕੇ ਤੇ ਪਾਣੀ ਦੀ ਨਮੀ ਜ਼ਿਆਦਾ ਹੋਵੇ ਉਹ ਬਾਇਓਟਿਕ ਕੰਡੀਸ਼ਨ ਹੋਣ ਤਾਂ ਉਸ ਸਮੇਂ ਜਿਹੜਾ ਇਹ ਕਾਫੀ ਤੇਜ਼ੀ ਨਾਲ ਵਧਦਾ ਹੈ ਤਾਂ ਇੱਕ ਜੀ ਹੋਰ ਧਿਆਨ ਰੱਖਿਓ ਜੋ। ਆ ਇੱਕ ਟੈੱਡ ਫਿਰਦਾ ਹੁੰਦਾ ਖੇਤ 'ਚ ਟੈੱਡ ਹਰਾ ਜਾ ਜਿਵੇਂ ਘਾਲਾ ਟਿੱਡਾ ਹੁੰਦਾ ਉਹੋ ਜਿਹਾ ਕਈ ਕਿਸਾਨ ਵੀ ਰੋਣੂ ਮਾਰਨ ਵਾਸਤੇ ਜ਼ਹਿਰ ਵਰਤੀ ਜਾਂਦੇ ਆ ਕੋਈ ਉਹ ਤਾਂ ਮਰਦਾ ਹੀ ਬੜਾ ਸੁੱਖਾ ਜੇ ਉਹ ਵੀ ਪਲਾਂਟ ਉੱਪਰ ਹੈ ਤੇ ਰਸ ਚੂਸਕ ਕੀੜੇ ਪਲਾਂਟ ਉੱਪਰ ਹੈ ਜਿਹੜੇ ਜ਼ਹਿਰ ਦੇ ਨਾਲ ਤੁਸੀਂ ਰਸ ਚੂਸਕ ਕੀੜੇ ਜਿਹਨਾਂ ਤੇਲਾ ਮਾਰਨਾ ਉਸੇ ਜ਼ਹਿਰ ਦੇ ਨਾਲ ਉਹ ਵੀ ਮਰ ਜਾਂਦਾ ਹੈ ਜੇ ਤੁਸੀਂ ਉਹਦੇ ਵਾਸਤੇ ਸਿੰਥੈਟਿਕ ਦਵਾਈਆਂ ਵਰਤੋਗੇ ਤਾਂ ਤੁਹਾਡਾ ਤੇਲਾ ਵਾਜ ਜਾਣਾ ਹੈ ਠੀਕ ਹੈ ਤਾਂ ਇੱਕ ਆ ਚੀਜ਼ਾਂ ਦਾ ਥੋੜਾ ਜਿਹਾ ਜਿਹੜੀਆਂ ਮੈਂ ਤੁਹਾਨੂੰ ਕਿਹਾ ਇੱਕ ਇਹ ਵੀ ਧਿਆਨ ਰੱਖੋ ਕਿ ਦੇਖੋ ਐਕਤਰੀ ਜਿਆਦਾ ਜਲਦੀ ਇਹ ਆ ਗਿਆ ਕਾਰਨ ਪਤਾ ਕੀ ਹੈ ਕਿ ਬਹੁਤ ਸਾਰੇ ਇਲਾਕੇ ਦੇ ਵਿੱਚ ਵਰਖਾ ਕਾਫੀ ਹੋਈ ਪਾਣੀ ਭਰੇ ਰਿਹਾ ਜਿਹਦੇ ਕਰਕੇ ਤਨੇ ਕਮਜ਼ੋਰ ਸੀ ਆ ਬਾਇਓਟਿਕ ਕੰਡੀਸ਼ਨਸ ਸੀਆਂ ਤੇ ਚਿੱਟਾ ਜਾਂ ਜਿਆ ਤੇਲਾ ਹੈ ਜਾਂ ਚਿੱਟੀ ਪਿੱਠ ਵਾਲਾ ਟਿੱਡਾ ਆ ਜਿਹੜਾ ਤੁਸੀਂ ਫੋਟੋ ਦੇਖੀ ਜਾਂਨੇ ਹੋ ਇਹਦੀ ਸੰਖਿਆ ਬੜੀ ਤੇਜ਼ੀ ਦੇ ਨਾਲ ਵਧ ਗਈ ਹੈ ਜੇ ਇੱਕ ਬੂਟੇ ਤੇ ਇੱਕ ਮਕੜੀ ਤੁਹਾਨੂੰ ਜੜ ਵਾਲੇ ਪਾਸੇ ਦਿਖਾਈ ਦੇਵੇ ਤਾਂ ਘਬਰਾਉਣ ਦੀ ਲੋੜ ਨਹੀਂ ਠੀਕ ਹੈ ਬਾਕੀ ਭਾਈ ਆ ਜਿਵੇਂ ਆ ਮੈਂ ਖੇਤ ਦੇਖਿਆ ਇੱਥੇ ਤਾਂ ਦੇਖੋ ਹਾਲਾਤ ਹੈਗੇ ਮਾੜੇ ਜੇ ਇੱਕ ਬੂਟੇ ਤੇ ਪੰਜ ਇਹ ਤੇਲੇ ਜਾਂ ਟਿੱਡੇ ਦਿਖਾਈ ਦੇਣ ਜਾਂ ਪੰਜ ਤੋਂ ਵੱਧ ਦਿਖਾਈ ਦੇਣ ਤਾਂ ਸਪਰੇਅ ਕਰਨਾ ਹੈ ਮੈਂ ਜਿਹੜੇ ਖੇਤ ਦੇਖੇ ਹਨ ਉਹਨਾਂ ਚ ਕੀ ਹੋਇਆ ਕਿ ਜਿੱਥੇ ਕਿਤੇ ਦੇਸੀ ਝੋਨੇ ਦੇ ਬੂਟੇ ਖੜੇ ਐ ਜਿੱਥੇ ਕਿਤੇ ਗੁੱਟੀਆਂ ਪਈਆਂ ਉੱਨਾ ਜਗ੍ਹਾ ਤੇ ਆ ਦੇਖਿਆ ਹੁਣ ਆ ਖੇਤ ਐ ਇਸ ਖੇਤ ਦੇ ਵਿੱਚ ਦੇਸੀ ਬੂਟਿਆਂ ਦੇ ਉੱਤੇ ਹੈ ਇਹ ਰਾਚੂਸ ਕੀੜੇ ਬਾਕੀ ਖੇਤ ਹੈ ਨਹੀਂ ਗੇ ਦੇਖੋ ਜੀ ਸਥਿਤੀ ਐ ਤਾਂ ਉਹ ਜਿਹੜੇ ਪੈਚਸ ਜਿਹੜੀਆਂ ਧੌੜੀਆਂ ਚ ਹੈ ਉੱਥੇ ਸਪਰੇਅ ਕਰੋ ਦੇਖੋ ਜੇਕਰ ਇਹ ਕਈ ਵਾਰੀ ਸਥਿਤੀ ਭਿਆਨਕ ਵੀ ਹੋ ਜਾਂਦੀ ਐ ਕਿ ਇਹ ਜੇ ਜਿਹੜੇ ਬੱਚੇ ਇੱਕ ਬੂਟੇ ਦੇ 400 ਤੋਂ 500 ਹੋ ਜਾਣ ਜਾਂ ਅਡਲਟ 200 ਹੋ ਜਾਣ ਤਾਂ ਫਸਲ ਵੀ ਬਰਬਾਦ ਕਰ ਸਕਦੇ ਐ 1978 ਦੇ ਵਿੱਚ ਪਾਕਿਸਤਾਨ 1979 ਦੇ ਵਿੱਚ ਮਲੇਸ਼ੀਆ 1982 1984 ਤੇ 1985 ਦੇ ਵਿੱਚ ਭਾਰਤ ਦੇ ਵਿੱਚ ਇਹ ਭਿਆਨਕ ਹਮਲਾ ਕਰ ਚੁੱਕਾ ਹੈ ਠੀਕ ਹੈ ਹੁਣ ਆਹ ਜਿਹੜੀਆਂ ਗੱਲਾਂ ਮੈਂ ਕਹੀਆਂ ਇਹਨਾਂ ਤੇ ਧਿਆਨ ਦੇ ਦਿਓ ਠੀਕ ਆਹ ਬੂਟੇ ਦੇ ਹੀਟਲੇ ਪਾਸੇ ਦੇਖੋ ਜਿਵੇਂ ਨਾ ਆ ਤੁਸੀਂ ਦੇਖ ਰਹੇ ਹੋ ਥੱਲੇ ਇੱਥੇ ਮੈਂ ਪਤਾ ਕੀ ਕੀਤਾ ਸੀ ਬੂਟਾ ਟੇਡਾ ਕੀਤਾ ਉਹਨੂੰ ਝਾੜਿਆ ਦੋ ਤਿੰਨ ਥੱਪੜ ਮਾਰੇ ਤੇ ਆਹ ਜਿਹੜੇ ਥੱਲੇ ਨਿਕਲ ਕੇ ਮਿਲ ਗਏ ਇਹ ਇੱਕ ਬੂਟੇ ਤੋਂ ਇੰਨੇ ਨਿਕਲੇ ਐ ਪਰੰਤੂ ਹੈਰਾਨੀ ਦੀ ਗੱਲ ਇਹ ਐ ਕਿ ਆ ਜੰਗਲੀ ਬੂਟੇ ਤੇ ਹੈਗੇ ਐ ਸਧਾਰਨ ਬੂਟਿਆਂ ਤੇ ਕੁਝ ਵੀ ਨਹੀਂ ਹੈਗਾ ਠੀਕ ਹੁਣ ਅਗਲੀ ਵੀਡੀਓ ਚ ਆਪਾਂ ਗੱਲ ਕਰਦੇ ਆਂ ਕਿ ਇਹਦਾ ਕੰਟਰੋਲ ਕਿਵੇਂ ਕਰਨਾ ਕਿਹੜੇ ਕਿਹੜੇ ਆਪਾਂ ਸਪਰੇਅ ਇਹਦੇ ਉੱਪਰ ਪਾਉਣੇ ਆ ਤੁਹਾਨੂੰ ਪਤਾ ਲੱਗ ਗਿਆ ਕਿ ਵਾਧਾ ਕਿਵੇਂ ਐ ਇਸ ਕਰਕੇ ਜਿਹੜੀਆਂ ਹੁਣ ਸਪਰੇਅਾਂ ਕਰ ਰਹੇ ਆ ਉਹਦਾ ਧਿਆਨ ਰੱਖਿਓ ਜੋ ਕਿਉਂਕਿ ਜੋ ਤੁਸੀਂ ਹੁਣ ਸਪਰੇਅ ਕਰ ਰਹੇ ਹੋ ਨਾ ਇਹਦੇ ਨਾਲ ਜੇ ਲੋ ਦੁੱਧ ਆ ਪੈਣ ਲੱਗਣਾ ਐ ਉਦੋਂ ਇਹਦਾ ਹਮਲਾ ਵਧਣਾ ਹੈ ਤੇ ਫੇਰ ਤੁਹਾਡਾ ਅਸਲੀ ਨੁਕਸਾਨ ਹੋਣਾ ਹੈ ਠੀਕ ਮੈਂ ਮੇਰੇ ਖਿਆਲ ਚ ਤੁਹਾਨੂੰ ਇਹ ਜਾਣਕਾਰੀ ਮਿਲ ਗਈ ਹੋਏਗੀ ਅਗਲੀ ਵੀਡੀਓ ਚ ਮੈਂ ਹੁਣੇ ਗੱਲ ਕਰਦਾ ਤੁਹਾਡਾ ਕੰਟਰੋਲ ਦੀ ਧੰਵਾਦ ਦੋਸਤੋ ਮਿਹਰਬਾਨੀ